अरे बच्चों आज हम सबक नहीं पढ़ेंगे, सिर्फ मिस को छेड़ेंगे। बेटा आप जैसा अपना काम करना खत्ती दिया, बच्चा लड़ो तरह अपना और साथ ही इज्जत करने को आगे जुगलबाजी शुरू कर दीती। आगे साडे रेट भी खराब करने वाली। ਤੁਸੀਂ ਸਾਡੇ ਬੰਦਿਆਂ ਨੂੰ ਖਰਾਬ ਕੀਤਾ। ਕਿਹੜੇ ਦੀ ਤੂੰ ਸਾਡੇ ਬੰਦਿਆਂ ਨੂੰ ਖਰਾਬ ਕੀਤੀ ਵੀ? ਚੁੱਪ ਕਰਕੇ ਪਠਾਨ ਬੈਠੇ ਸਨ, ਤੂੰ ਆਈ ਤੇ ਨੱਚਣਾ ਸ਼ੁਰੂ ਹੋ ਗਿਆ। ਤੁਸੀਂ ਕਹਦਾ ਕਦੇ ਗੱਲੋਂ ਯੂ ਟਰਨ ਲੈ ਲਿਆ? ਤੁਸੀਂ ਤੁਹਾਡੀ ਠੀਕ ਖਿਦਮਤ ਨਹੀਂ ਸੀ ਕਰਦੇ ਪਠਾਨ ਮਹਿਮਾਨ ਨਵਾਜ਼ ਕੌਮ ਹੁੰਦੀ, ਤੈਨੂੰ ਕੀ ਪਤਾ? ਲੈ ਮਹਿਮਾਨ ਨਵਾਜ਼ ਹਾਂ, ਆ ਜਾ ਕੇ ਮਖਵਾਰੀ ਹੁੰਦੀ ਹੈ। ਨਾ ਪਠਾਨ ਪਠਾਨ ਸ਼ਹਿਜ਼ਾਦੀ ਕੌਮ ਹੈ, ਕਿਵੇਂ ਅਸੀਂ ਤੇ ਉਹਨਾਂ ਨੂੰ ਬੁਰਾ ਕਦੀ ਵੀ ਨਹੀਂ ਕਹਿ ਸਕਦੇ। ਸਾਡਾ ਰਿਜ਼ਕ ਪਾਣੀ ਉਹਨਾਂ ਤੋਂ ਚੱਲਣ ਡਿਆ। ਕਿਹੜੀ ਅੱਗ ਕੀ ਹੈ? ਮੇਰੇ ਵਾਲਾਂ ਨੂੰ ਵੇਖ ਜੈਲਸ ਨਾ ਹੋ। ਵੈਸੇ ਤੇਰੀ ਸਹੇਲੀ, ਹਾਂਜੀ, ਵਾਲ ਤਾਂ ਤੇਰੇ ਵੀ ਸੋਹਣੇ ਨੇ। ਅੱਲਾਹ ਦਾ ਸ਼ੁਕਰ ਹੈ। ਸਾਰੇ ਏਡੇ ਏਡੇ ਨੇ ਕੀ ਮਤਲਬ ਤੇਰਾ? ਮੇਰਾ ਮਤਲਬ ਹੈ ਵੀ ਇਹ ਵਾਲ ਸਿਰ ਦੇ ਵਾਲਾਂ ਥੱਲੇ ਵੀ ਵਾਲ ਹੁੰਦੇ ਨਾ। ਕਿਹੜੇ ਦੇ ਥੱਲੇ ਦੇ ਵਾਲ? ਗਲਤ ਸਮਝੀ ਹੈ ਨਾ। ਹਾਂ, ਮੈਂ ਫਿਰ ਬੇਟਿਆਂ ਨੇ ਕਹਿ ਰਹੀ ਹਾਂ, ਫਿਰ ਬੇਟਿਆਂ ਦੇ ਵੀ ਥੱਲੇ ਹੁੰਦੇ ਨਹੀਂ। ਹਾਂ, ਇਹ ਤੂੰ ਵੈਕਸ ਨਹੀਂ ਕਰਾਂਦੀ? ਨਹੀਂ, ਮੈਂ ਨਹੀਂ ਵੈਕਸ ਕਰਵੇਂਦੀ, ਮੈਂ ਡਾਇਰੈਕਟ ਸੈਕਸ ਕਰਵੇਂਦੀ। ਓਏ ਖੁਸਰਿਆ, ਹਾਂ ਮੈਡਮ, ਦੱਸੋ ਆਏ ਕਿਧਰ, ਅਸਲ ਕੰਮ ਦੱਸੋ। ਮੈਂ ਨਾ ਸ਼ਾਦੀ ਵਾਸਤੇ ਬੰਦਾ ਲੱਭਣ ਵਾਸਤੇ ਆਈ ਆ। ਇਹੀ ਤੁਹਾਡਾ ਮਸਲਾ ਹੈ, ਤੁਹਾਡੇ ਤੋਂ ਬੰਦੇ ਹੁਣ ਨਸਣੇ ਸ਼ੁਰੂ ਹੋ ਗਏ ਨੇ। ਓ ਕਿਵੇਂ? ਬੁਟੀਕਾ ਹੀ ਬੜੀਆ ਪਾਉਂਦੀਆਂ, ਉਹ ਮਰ ਜਾਣੀਆਂ। ਸਹੀ ਹੈ, ਲੈ ਬੰਦੇ ਨੂੰ ਫੋਨ ਤੇ ਮਰਨ ਵਾਲਾ ਕਰ ਦਿੰਦੀਆਂ ਨੇ। ਜੇ ਕੋਈ ਗਲਤੀ ਨਾਲ ਫੋਨ ਕਰ ਵੀ ਲਵੇ ਤੇ ਕਹਿ ਦੇਵੇ ਸਹੀ ਬਸ ਮੈਂ ਤੁਹਾਡੇ ਲਾ ਰਿਹਾ, ਤੈਨੂੰ ਰਾਹ 'ਚ ਕਹਿਣਗੇ। ਜਦੋਂ ਆਪਾਂ ਮਾਰੀ ਤਰਫ ਆ ਰਹੇ ਹੋ ਨਾ, ਤੋ ਇੱਕ ਫੁੱਲ ਸਾਈਜ਼ ਪੀਜ਼ਾ ਲੈਣਾ, ਸਾ 1.5 ਲੀਟਰ ਕੋਕੀ ਲੈਣਾ ਔਰ 6 ਗਲਾਸ ਵੀ ਲੈਤੇ ਆਉਣਾ। ਔਰ ਐਸਾ ਕਰਨਾ, ਥੋੜੀ ਸੀ ਚਿਪਸ ਵੀ। ਸਿੱਧੇ 3000 ਦੀ ਬੁਟੀਕ, ਤੁਹਾਡੇ ਬੰਦੇ ਨਸਣਾ ਤੇ ਹੋਰ ਕੀ ਕਰਨ? ਇਸ ਗੱਲ ਸ਼ੁਕਰ ਅੱਲਾਹ ਪਾਕ ਦਾ, ਅਸੀਂ ਠੀਕ ਆ। ਕਿੰਜ ਸਾਨੂੰ ਕੋਈ 20 ਰੁਪਏ ਦੇ ਪਕੌੜੇ ਵੀ ਲੈ ਦੇਵੇ ਤੇ ਅਲਹਮਦੁਲਿਲਾ ਠੀਕ ਆ। ਤੁਸੀਂ ਪਕੌੜਿਆਂ ਦੀ ਚਟਣੀ ਤੇ ਮੰਨ ਜਾਂਦੇ ਆ? ਨਹੀਂ, ਚਟਣੀ ਚਟਣੀ ਅਸੀਂ ਨਹੀਂ ਮੰਨਦੀਆਂ। ਕਿਉਂ? ਚਟਣੀ ਹਰਾਮ। ਮੇਰੀ ਗੱਲ ਸੁਣ, ਤੂੰ ਵੀ ਕੋਈ ਗੱਲ ਕਰਦਾ ਬੰਦੇ ਨੂੰ? ਵਿਆਹ ਵਿਆਹ ਵਾਸਤੇ ਬੰਦਾ ਲੱਭਣਾ ਹੈ। ਇਹ ਤਾਂ ਸਹੀ ਉਧਰ ਮੰਗ ਰਹੀ ਨਹੀਂ। ਹਾਂ, ਮੈਂ ਮਰ ਗਈ, ਮੇਰੇ ਕੋਲ ਏਡੀ ਜਗ੍ਹਾ ਹੁੰਦੀ ਨਾ ਤੇ ਮੈਂ ਬਰਫ ਵਾਲਾ ਪੱਟਾ ਲਾ ਲੈਣਾ ਸੀ। ਔਰ ਨਲਕਾ ਲੱਗਾ ਪਿਆ। ਇਹ ਮੈਂ ਇੱਕ ਵਾਰੀ ਮੇਲੇ ਤੇ ਗਈ ਸਾਂ, ਉੱਥੇ ਮੌਤ ਦੇ ਖੂਹ ਤੇ ਕੰਮ ਕਰਦੀ ਸਾਂ। ਹਾਂਜੀ, ਮੈਂ ਮੌਤ ਦੇ ਖੂਹ ਤੇ ਉਤਲੇ ਫੱਟੇ ਤੇ ਚੜ ਕੇ ਡਾਂਸ ਕਰਦੀ ਵੀ ਸਾਂ। ਅਚਾਨਕ ਮੈਂ ਇੰਜ ਕਰਕੇ ਸਟੈਪ ਕੀਤਾ ਹੈ, ਮੇਰਾ ਜਾਨੂ ਮੈਂ ਕਿਹਾ ਵੇਖਿਆ ਥੱਲੇ ਨਜ਼ਰ ਪਈ ਤੇ ਮੇਰਾ ਜਾਨੂ ਜਲੇਬੀਆਂ ਕੱਢਣ ਡਿਆ। ਮੈਂ ਬਸ ਜਲੇਬੀਆਂ ਵੇਖ ਕੇ ਮੁਤਮਿਨ ਹੋ ਗਈ, ਪਤਾ ਨਹੀਂ ਹਰ ਸ਼ਾਇ ਵੱਡੀ ਕੱਢਦਾ। ਜਾਨੂ ਮੇਰਾ ਬੜਾ ਚੰਗਾ ਹੈ। ਉਹ ਕਿਵੇਂ? ਯਕੀਨ ਕਰ, ਮੇਰਾ ਜਾਨੂ ਏਡਾ ਅੱਛਾ ਤੇ ਕਰਦਾ ਕੀ ਏ? ਕਬੀਰਾ ਗੁਨਾਹ ਕਰਦਾ ਵੀ ਸਾਡੇ ਨਾਲ ਹੋਰ ਹੋ ਕੀ ਸਕਦਾ। ਲੇਕਿਨ ਇੱਕ ਗੱਲ ਦਾ ਬੜਾ ਦੁੱਖ ਹੈ ਮੈਨੂੰ। ਉਹ ਕਿਹੜੀ ਗੱਲ ਦਾ? ਜਾਨੂ ਮੇਰਾ ਹੈਗਾ ਗਰੀਬ ਹੈ ਵਿਚਾਰਾ। ਹਾਂ, ਉਹ ਤੋਂ ਡੀਜੀ ਖਾਨੇ ਚੋਂ ਦੀ ਵਾਕਫੀਅਤ ਹੀ ਕੋਈ ਨਹੀਂ। ਰਾਤੀ ਮੈਂ ਨਾਲ ਲੈ ਤੇ ਗਿਆ, ਸਾਰੀ ਰਾਤ ਅਸੀਂ ਦੋਵੇਂ ਜਣੇ ਘੁੰਮਦੇ ਫਿਰਦੇ ਰਹੇ, ਜਗ੍ਹਾ ਹੀ ਨਹੀਂ ਲੱਭੀ। ਔਂਤਰੇ ਨੇ ਮੈਨੂੰ ਲੈਣਾ ਤੇ ਖੱਜਲ ਕਰ ਮਾਰਿਆ। ਹਾਂ ਤੇ ਸਹੀ, ਜਿਹੜੀ ਤੇਰੀ ਜਗ੍ਹਾ ਬਣਦੀ ਉਸ ਉੱਥੇ ਲੈ ਕੇ ਗਿਆ। ਹੋਰ ਸਾਡੇ ਵਾਂਗੂ ਏਸੀ ਵਾਲੇ ਰੂਮ ਵਿੱਚ ਥੋੜੀ ਤੂੰ ਜਾ ਸਕਦਾ? ਸ਼ੇਲੀ, ਹਾਂ ਤੈਨੂੰ ਗੱਲ ਦੱਸਾਂ? ਦੱਸ। ਭਾਵੇਂ ਤੂੰ ਜਿੱਡੀ ਮਰਜ਼ੀ ਸੋਹਣੀ ਆ ਨਾ, ਹਾਂ ਤੈਨੂੰ ਨੈਬ ਨੇ ਗ੍ਰਿਫਤਾਰ ਕਰ ਲੈਣੇ। ਉਹ ਕਿਉਂ? ਤੂੰ ਹਸੀਏ ਤੋਂ ਵੱਧ ਕੇ ਅਸਾਸੇ ਰੱਖੀ ਫਿਰਨੀ ਫੌਰੀ ਲੈ ਦੇਣਗੇ। ਸ਼ੋਪਿੰਗ ਵਾਸਤੇ ਵੀ ਲਾਹੌਰ ਲੈ ਕੇ ਪੈਨੋਰਾਮਾ ਜਾ ਕੇ ਸ਼ੋਪਿੰਗ ਕਰਵਾਉਣਗੇ। ਸਾਨੂੰ 120 ਰੁਪਏ ਵੀ ਉਦੋਂ ਦਿੰਦੇ ਨੇ ਜਦੋਂ ਬੂਹੇ ਜਾ ਕੇ ਕਹੀਦਾ ਪੈਸੇ ਦੇਣੇ ਨੇ ਜਾਂ ਤੇਰੇ ਪਿਓ ਗੁਆ ਕੇ ਧਮਕੀ ਦੇਈਏ ਤੇ ਫਿਰ ਪੈਸੇ ਦਿੰਦੇ ਨੇ। ਪਾਣੀ ਦਾ ਵਕਫਾ ਕੀ ਲੱਭਣਾ? ਇਹ ਮਰਦਾਂ ਨੂੰ ਪਤਾ ਨਹੀਂ ਕੋਈ ਸਮਝਾਉਣ ਵਾਲਾ ਹੀ ਨਹੀਂ। ਇਹ ਔਰਤਾਂ ਲੜ ਪਵਣ ਨਾ ਬੰਦੇ ਦੇ ਨਾਲ ਤੇ ਬੜੇ ਰੋਲੇ ਹੁੰਦੇ ਨੇ, ਖੱਪ ਪਾ ਲੈਂਦੇ ਨੇ। ਮੇਰਾ ਜਹੇਜ਼ ਤੇ ਮੈਂ ਮੰਜਣਾ, ਮੈਨੂੰ ਤਲਾਕ ਦੇ ਮੈਂ ਮੰਜਣਾ, ਮੇਰਾ ਹੱਕ ਮਾਰ ਦੇ ਮੈਂ ਮੰਜਣਾ। ਖੁਸਰਾ ਸਿਰਫ ਇੱਕੋ ਗੱਲ ਕਰਦਾ, ਮੇਰੀ ਸ਼ਲਵਾਰ ਦੇ ਮੈਂ ਮੰਜਣਾ। ਸੱਚੀ ਮੁਝੇ ਖੁਸਰਾ
ਬਾਚੀ ਹਾਂ ਲੋ ਮੈਂ ਉਹਨੇ ਚੱਲਾਂ ਵਾਪਸੀ ਤੇ ਏ ਬੈ ਦੇਖੋ ਆ ਗਿਆ ਹਾਏ ਨਹੀਂ ਛੋਟੇ ਕਾਦ ਵਾਲੀਏ ਕੌਣ ਹੈ ਤੂੰ ਭਾਵੇਂ ਜਿੱਡੀ ਮਰਜ਼ੀ ਸੋਹਣੀ ਹੈ ਇੱਕ ਡੈਂਗੀ ਮੱਛਰ ਦੀ ਮਾਰ ਹੈ ਤੂੰ ਆਈ ਕਿੱਧਰ ਹੈ ਮੈਂ ਕਿ ਸ਼ਾਦੀ ਵਾਸਤੇ ਮੁੰਡਾ ਲੱਭਣ ਵਾਸਤੇ ਆਈ ਸੀ ਅੱਛਾ ਵਿਆਹ ਵਾਸਤੇ ਮੁੰਡਾ ਲੱਭਣ ਆਈ ਹੈ ਪੜ੍ਹੀ ਲਿਖੀ ਹੈ ਅੱਲਾ ਦਾ ਸ਼ੁਕਰ ਹੈ ਕਿੰਨਾ ਪੜ੍ਹੀ ਹੈ ਡਬਲ ਐਵੇਂ ਕੀਤਾ ਤੂੰ ਪਹਿਲਾਂ ਗਲਤ ਹੋ ਗਿਆ ਜਿੱਥੇ ਜਿਹੜੇ ਬੱਚੇ ਵਿਆਹ ਤੋਂ ਪਹਿਲੇ ਆਉਂਦੇ ਨਾ ਉਹ ਫਿਰ ਡਰਾਮਿਆਂ ਚ ਪੈਂਟਾਂ ਸ਼ਰਟਾਂ ਪਾਉਂਦੇ ਨੀ ਨਹੀਂ ਨਹੀਂ ਇਹ ਗੱਲ ਨਹੀਂ ਦੇਖੋ ਪਾਲਾ ਜੀ ਮੇਰਾ ਜਾਨੂ ਬੜਾ ਸੋਹਣਾ ਤੈਨੂੰ ਕਿੱਦਾਂ ਦਾ ਮੁੰਡਾ ਚਾਹੀਦਾ ਮੈਨੂੰ ਖੂਬਸੂਰਤ ਯੰਗ ਲੜਕਾ ਚਾਹੀਏ ਔਰ ਪੜ੍ਹਾ ਲਿਖਾ ਹੋ ਔਰ ਬਿਜ਼ਨਸਮੈਨ ਹੋ ਖੂਬਸੂਰਤ ਵੀ ਹੋਵੇ ਪੜ੍ਹਾ ਲਿਖਾ ਵੀ ਹੋਵੇ ਅੱਛਾ ਔਰ ਨੌਜਵਾਨ ਵੀ ਹੋਵੇ ਜਿੰਦੇ ਚ ਸਾਰੀਆਂ ਖੂਬੀਆਂ ਹੋਣਗੀਆਂ ਡਰਾਮਿਆਂ ਵਾਲੀ ਔਰਤ ਨਾਲ ਵਿਆਹ ਕਰੇਗਾ ਪਹਿਲੇ ਤੂੰ ਮੈਨੂੰ ਇਹ ਦੱਸ ਲਾ ਬੜਾ ਬੜਾ ਪਾਗਲ ਪਏ ਤੈਨੂੰ ਕੀ ਪਤਾ ਤੈਨੂੰ ਕੀ ਲੱਗਦਾ ਸਾਰੇ ਤੇਰੇ ਪਿੱਛੇ ਹੀ ਨੇ ਪਤਾ ਨਹੀਂ ਵੀ ਤੁਹਾਨੂੰ ਪਤਾ ਨਹੀਂ ਕੋਈ ਸਹੂਲਤਾਂ ਦਿੰਦੇ ਹੋਣਗੇ ਮਰ ਜਾਣੇ ਸਾਨੂੰ ਤੇ ਜਿੱਥੇ ਦਾਲ ਲੱਗੇ ਭਾਵੇਂ ਟਰੱਕ ਥੱਲੇ ਖਿੱਚ ਲੈਂਦੇ ਨੇ ਹਾਂ ਭਾਵੇਂ ਕੰਨਾਂ ਵਾਲੀ ਟਰਾਲੀ ਥੱਲੇ ਖਿੱਚ ਲੈਣ ਭਾਵੇਂ ਚਿੰਚੀ ਰਕਸ਼ੇ ਥੱਲੇ ਖਿੱਚ ਲੈਣ ਪਰਸੋਂ ਮੈਂ ਤੇ ਮੇਰਾ ਜਾਨੂ ਟਰੱਕ ਦੇ ਪਿੱਛੇ ਪਿਆਰ ਕਰਨ ਡਿਆ ਸੀ ਹੁਣ ਤੇ ਡਰਾਈਵਰ ਨੂੰ ਬੇੜਾ ਕਰਕ ਹੋਇਆ ਹਾਂ ਹਾਲੇ ਮੇਰੇ ਜਾਨੂ ਦਾ ਮੋੜ ਹੀ ਬਣਾ ਸੀ ਟਰੈਕਟਰ ਸਟਾਰਟ ਕਰਕੇ ਲੈ ਗਿਆ ਅਸੀਂ ਉੱਥੇ ਖੜੋਤੇ ਰਹਿ ਗਏ ਆਪਣੀ ਹਕੀਕਤ ਨਾ ਦੱਸਿਆ ਕਰ ਕਾਟੀਆਂ ਗੱਲਾਂ ਇੱਥੇ ਨਹੀਂ ਕਰੀਦੀਆਂ ਨਹੀਂ ਤੂੰ ਹੈ ਵਾਵਾ ਸੋਹਣੀ ਹੈ ਨਾ ਅੱਲਾ ਦਾ ਸ਼ੁਕਰ ਪਹਿਲੇ ਕਿਹੜਾ ਮੇਰੇ ਵੈਗਨ ਵੱਜੀ ਹੈ ਨਹੀਂ ਨਹੀਂ ਵੈਗਨ ਤੁਸੀਂ ਵੱਜਦੀ ਆਂ ਬਲਕਿ ਵੈਗਨ ਵਾਲਾ ਵੀ ਤੁਹਾਡੇ 'ਚ ਵੱਜਦਾ ਆ ਕੇ ਸਾਨੂੰ ਤਾਂ ਸਿਰਫ ਚਿੰਗਜੀ ਵਾਲੇ ਪੁੱਛਦੇ ਨਾ ਜਾਣਾ ਹੀ ਨਹੀਂ ਚਿੰਗਜੀ ਵਾਲੇ ਤਾਂ ਕਾਣੇ ਨੂੰ ਅਜੀਬ ਅਜੀਬ ਲਾਏ ਹੁੰਦੇ ਨੇ ਕਿਹੜੇ ਗੁੰਗਰੂ ਮੰਗਦੇ ਤੇਰਾ ਪਿਆਰ ਅੱਛਾ ਪਤਾ ਨਹੀਂ ਇਹਨਾਂ ਚਿੰਚੀ ਵਾਲਿਆਂ ਨੂੰ ਕੀ ਮੁਹੱਤ ਪਈ ਹੁੰਦੀ ਸੱਚੀ ਮੁੱਚੀ ਗੱਲ ਆ ਸਵਾਰੀ ਬਹਿ ਜਾਵੇ ਤੇ ਫਿਰ ਇਹਨਾਂ ਨੂੰ ਯਾਦ ਆਉਂਦਾ ਵੀ ਤੇਲ ਵੀ ਪਵਾਉਣਾ ਹੈ ਅੱਲਾਹ ਆਇਓ ਆ ਚਿੰਚੀ ਵਾਲਾ ਬੈਠਾ ਹੈ ਨਹੀਂ ਤੇ ਤੁਹਾਨੂੰ ਮਸਲਾ ਕੀ ਤੁਸੀਂ ਮੈਨੂੰ ਇਹ ਤਾਂ ਦੱਸੋ ਅੱਛਾ ਜਿੰਨੀ ਵਾਰੀ ਵੀ ਚਿੰਚੀ ਬੈਠਾ ਨਾ ਸੱਚੀ ਮੁੱਚੀ ਜਿੰਨੀ ਵਾਰੀ ਵੀ ਬੈਠਾ ਇਹ ਡਰਾਮੇ ਤੋਂ ਹਟ ਕੇ ਗੱਲ ਹੈ ਅੱਧਾ ਸਫ਼ਰ ਕੀਤਾ ਤੇ ਉਧਰ ਉਤਰੋ ਜ਼ਰਾ ਬੰਦ ਹੋ ਗਿਆ ਚੁੱਕ ਕੇ ਅੱਗੋਂ ਫਿਰ ਜਾ ਕੇ ਇਹ ਤੇਲ ਪਵਾਉਣਾ ਤੁਹਾਡੇ ਚੱਕਦੇ ਆ ਜਦੋਂ ਮੈਨੂੰ ਕਹਿੰਦੀ ਸੀ ਬਰਗਰ ਲਿਆ ਕੇ ਦੇ ਸ਼ਵਰਮੇ ਲਿਆ ਕੇ ਦੇ ਤੇਰੇ ਪਿੱਛੇ ਤੇ ਖੱਜਲ ਹੋਣ ਕੇ ਖੁਸਰਾ ਬਣਿਆ ਮੈਂ ਆ ਹੋਰ ਮੈਂ ਖੁਸਰਾ ਇਹ ਖੁਸਰੇ ਇਹੋ ਜਿਹੇ ਹੁੰਦੇ ਨੇ ਆਪ ਇਹ ਖੁਸਰਾ ਤੂੰ ਹੈ ਤੇਰਾ ਬੇੜਾ ਖਰਾ ਕੋ ਜਾਵੇ ਤੇਰੇ ਪਿੱਛੇ ਮੈਨੂੰ ਉਹ ਵੀ ਕੰਮ ਕਰਨੇ ਪਏ ਜਿਹੜੇ ਮੈਂ ਗੁਰਬਤ ਦਿਨਾਂ 'ਚ ਵੀ ਨਹੀਂ ਕੀਤੇ ਤੇਰਾ ਦਿਲ ਖੱਟਾ ਹੋਣਾ ਤੇਰੇ ਪਿੱਛੇ ਸਫ਼ਰ ਕਰਕੇ ਇੱਥੇ ਆਇਆ ਵਰਨਾ ਮੈਨੂੰ ਮੌਤ ਪਈ ਹੈ ਲਾਹੌਰੋਂ ਡਰਾਮਾ ਛੱਡ ਕੇ ਡੀਜੇ ਖਾਣ ਆ ਜਾਵਾਂ ਔਰਤ ਨਾਲ ਇਜ਼ਹਾਰ ਕਰਨਾ ਮੈਂ ਹੁਣ ਤੱਕ ਸਾਰੀ ਜ਼ਿੰਦਗੀ ਮਰਦਾਂ ਨਾਲ ਕੀਤਾ ਸ਼ਾਦੀ ਵੀ ਤੁਮਸੇ ਕਰੂੰਗਾ ਸ਼ਾਦੀ ਸੇ ਪਹਿਲੇ ਮੇਰੀ ਇੱਕ ਸ਼ਰਤ ਹੈ ਬੰਦੇ ਅਸੀਂ ਦੋ
ਫਿੱਟੇ ਮੁੰਜਾ ਨੂੰ ਇਹਨੇ ਤੁਹਾਨੂੰ ਵਿੱਚ ਪਾ ਲਿਆ। ਲੈਣ ਨਹੀਂ ਦੇਣ ਬਾਅਦ ਸ਼ਾਦੀ ਤੇ ਬੰਦੇ ਸਿਰਫ ਦੋ ਜੋ ਦੂਜਾ ਤੀਸਰਾ ਗਾਣਾ ਸੁਣਾ। ਹਾਂਜੀ ਤੂੰ ਅੱਛਾ ਯਾਰ ਸਹੀ ਦੱਸ। ਹਾਂ ਮੇਰੀ ਜਾਨ, ਮੇਰੀ ਜਾਨ ਲਗਾ ਐਂ ਜਿਵੇਂ ਪਿਆਰ ਦਾ ਰੱਖ। ਮੇਰੀ ਜਾਨ, ਮੇਰੀ ਜਾਨ, ਮੇਰੀ ਮੁਹੱਬਤ, ਮੇਰੀ ਮੁਹੱਬਤ, ਮੇਰੀ ਜ਼ਿੰਦਗੀ, ਮੇਰੀ ਜ਼ਿੰਦਗੀ। ਮੈਂ ਇਸ ਦੁਨੀਆ ਸੇ ਤੰਗ ਆ ਚੁੱਕਾ ਹੂੰ, ਮੈਂ ਇਸ ਦੁਨੀਆ ਸੇ ਤੰਗ ਆ ਚੁੱਕਾ, ਮੈਂ ਵਾਪਸ ਜਾਣਾ ਚਾਹਤਾ ਹੂੰ, ਮੈਂ ਵਾਪਸ ਜਾਣਾ ਚਾਹਤਾ ਹੂੰ। ਅੰਨੀ ਜੀ ਇੰਨੀ ਜਗ੍ਹਾ ਹੈਗੀ। ਅੱਛਾ ਚਲੋ ਗਾਣੇ ਗਾਣੇ ਗਾਣਾ। ਅੱਛਾ ਗਾਣਾ ਤਾਂ ਅੱਛਾ ਤਾਂ ਡੈਲਨ ਮੇਰੇ ਬੋਲ ਜਾ। ਮੈਂ ਦਿਲ ਕਰਦਾ ਕਿ ਮੈਂ ਨਾ ਸਿੰਗਰ ਦੇ ਬੰਦੇ ਨਾਲ ਵਿਆਹ ਕਰਨਾ। ਗਾਣੇ ਗਵਈਏ ਨਾਲ? ਹਾਂ ਸਿੰਗਰ ਨਾਲ ਗਾਣਾ 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 ਤੇ ਮੰਗਣਾ ਲਾਉਂਦਾ ਦੱਸਦਾ ਨਹੀਂ ਕਿਸ ਤਰ੍ਹਾਂ। ਹਾਂ ਤਾਂ ਪੁੱਛਿਆ ਜਾਂਦਾ ਬਾਦ ਨਾਲ ਦੱਸਿਆ ਸੀ ਕਿ ਮੇਰੀ ਗੱਲ ਨਹੀਂ ਮੰਨੀ। ਹਾਂ ਜਾਦੂ ਤੇਰੀ ਨਜ਼ਰ, ਜਾਦੂ ਤੇਰੀ ਨਜ਼ਰ, ਖੁਸ਼ਬੂ ਤੇਰਾ ਬਦਨ, ਖੁਸ਼ਬੂ ਤੇਰਾ ਬਦਨ, ਤੂੰ ਹਾਂ ਕਰ ਜਾਂ ਨਾ ਕਰ, ਤੂੰ ਹੈ ਮੇਰੀ ਬਹਿਨ। ਕਿਹੜੀ ਭੈਣ ਪੇਸ਼ ਕਰ ਦਿੱਤੀ ਇੱਥੇ? ਮਸਲਾ ਤੇਰਾ, ਓਏ ਮੂੰਹ ਨਿਕਲ ਗਿਆ। ਹੁਣ ਗਾਣਾ ਤੂੰ ਉਹ ਸਹੀ ਨਾ ਲਗਾਇਆ ਤੇ ਤੇਰੀ ਮੈਂ ਉਹ ਭੈਣ ਕੱਢ ਲਈ ਜਿਹੜੇ ਸਵੇਰੇ ਸਵੇਰੇ ਉਸ ਕੇ ਬਿਸਤਰੇ ਇਕੱਠੇ ਕਰਦੀ। ਚਲੋ ਦੂਜਾ ਗਾਣਾ। ਕਿਹਨੇ ਕਰਾਇਆ ਸੀ ਦਿੱਤੇ? ਹਾਂ ਦੇਖਾ ਜੋ ਚਿਹਰਾ ਤੇਰਾ, ਦੇਖਾ ਜੋ ਚਿਹਰਾ ਤੇਰਾ, ਅਸਤਗਫਿਰੁੱਲਾ। ਉਹ ਦੂਜਾ ਗਾਣਾ, ਦੂਜਾ ਗਾਣਾ ਮੂੰਹ ਨਿਕਲ ਜਾਂਦਾ ਯਾਰ। ਦਫਾ ਹੋਰ ਨਾ ਚੱਲ। ਨਹੀਂ ਨਹੀਂ ਆਖਰੀ ਗਾਣਾ ਇੱਕ। ਹਾਂ ਹਾਂ ਇਸ ਵਾਰ ਕੋਈ ਚਾਂਸ ਨਹੀਂ ਤਲਾਕ ਮੇਰੇ ਵੱਲੋਂ। ਠੀਕ ਕਰਾਂ ਮੈਂ ਨਜ਼ਾਰਾ, ਕਰਾਂ ਮੈਂ ਨਜ਼ਾਰਾ, ਜਦੋਂ ਤੇਰੀ ਤਸਵੀਰ ਦਾ, ਜਦੋਂ ਤੇਰੀ ਤਸਵੀਰ ਦਾ, ਪੈਂਦਾ ਏ ਭੁਲੇਖਾ ਮੈਨੂੰ, ਪੈਂਦਾ ਏ ਭੁਲੇਖਾ ਮੈਨੂੰ, ਸੱਕੀ ਹਮਸ਼ੀਰ ਦਾ। ਕੀ ਮਸਲਾ? ਮੈਂ ਤੇ ਮੈਂ ਵਿਆਹ ਕਰਾਉਣੇ ਨੇ, ਇੱਕ ਕੰਮ ਤੇ ਕੁੱਤਾ ਦਫਾ ਕਰਾ। ਅੱਛਾ ਵਿਆਹ ਨਹੀਂ ਕਰਾਉਣਾ? ਤੂੰ ਵੀ ਦਫਾ ਹੋ ਜਾਵੇਂ, ਬੀਬੀਆਂ ਜਾਂ ਕਿਸੇ ਆਉਂਦੇ ਭੈਣੇ ਭੈਣੇ ਗਾਣੇ ਲੈ ਕੇ ਉਹ ਨਾ ਮੈਂ ਨਾ ਕਰ ਕਰੀ। ਕਿਉਂ? ਕਾਲੇ ਕੰਨਾਂ ਵਾਲਾ ਨਾ ਹੋਵੇ, ਨਿੱਕੇ ਫੁੱਲਾਂ ਵਾਲਾ, ਨਿੱਕਾ ਅੱਖਾਂ ਵਾਲਾ, ਭੈੜੀ ਸ਼ਰਟ ਵਾਲਾ, ਭੈੜੀ ਪੈਂਟ ਵਾਲਾ, ਭੈੜੀ ਜੁੱਤੀ ਵਾਲਾ। ਨੀ ਕੌਣ ਹੈ ਤੂੰ ਰੈਂਟ ਦੇ ਬੱਚੇ ਜਮਣ ਵਾਲੀਏ? ਹਾਏ ਤੈਨੂੰ ਰੈਂਟ ਦਾ ਨਹੀਂ ਪਤਾ ਹੈ। ਨੀ ਕੌਣ ਹੈ ਤੂੰ ਸੱਚਾ ਬੱਚਾ ਵਾਰਡ 'ਚ ਪੇਪਰ ਵੇਚਣ ਵਾਲੀਏ? ਤੂੰ ਮੈਨੂੰ ਅਜੇ ਜਾਣਦੀ ਨਹੀਂ। ਨੀ ਓਏ ਗੱਲ ਸੁਣੇ, ਦੇਖ ਇਹ ਗੱਲ ਸਾਡੇ ਤਿੰਨਾਂ 'ਚ ਰਹਿਣੀ ਚਾਹੀਦੀ ਆ ਕਿ ਮੈਂ ਇਹਦੇ ਵਿੱਚ ਖੁਸਰਾ ਬਣਿਆ ਹੋਇਆ। ਹਾਂ ਜੇ ਤੁਹਾਡੇ ਮਾਲਕ ਨੂੰ ਪਤਾ ਲੱਗ ਗਿਆ ਨਾ, ਉਹ ਤਾਂ ਪਹਿਲੇ ਪਤਾ ਨਹੀਂ ਕੀ ਸੇਨ ਬਣਾ ਕੇ ਫਿਰਨ ਡਿਆ। ਬਾਰਾ ਤਾਂ ਭਾਂਡੇ ਭੁੰਡੇ ਮੱਝ ਜਾ ਰਿਹਾ, ਕੁਛ ਨਹੀਂ ਹੁੰਦਾ, ਮੈਂ ਖੜਾ ਤੇ ਗੱਲ ਸੀ ਤੁਹਾਡੇ ਮੇਰੇ 'ਚ ਰਹਿਣੀ ਚਾਹੀਦੀ ਆ। ਠੀਕ ਹੈ, ਤੂੰ ਵੀ ਨਾ ਦੱਸੀ ਕਿਸੇ ਨੂੰ। ਤੇਰੇ ਕੋਲ ਹੈ ਕੀ ਮੇਰਾ ਖਾਣਾ ਖਾ, ਤੂੰ ਮਿੰਟ ਨਹੀਂ ਕੱਢਣਾ, ਐਡਾ ਤੁਰਿਆ ਗਿਆ।